मोदी साहब अमरीका आए हुए ने, अमरीका जिहड़ी टैसला कार हुण, क्योंकि तुसीं मैनूं दसदे सी कि टैसला कार दा मसला कि भाई बिजली दे नाल ही ओह चार्ज रहा दसदा मैं सी है तो बिजली दे नाल ही चलदी है, थोड़े देर बाद उहनूं चार्ज कर लईदा, तेल उहदे विच पवाउणा नहीं पैंदा। कल ही आपां गडकरी साहब दा जिक्र करदे सी 15 रुपये तेल वाला। कहिंदे आ कि प्रधानमंत्री साहब दे नाल जदों उहनां दी गलबात हुई है, मुलाकात हुई है, तो वह कहिंदे जी असीं एक फैक्टरी भारत दे विच लाउण जा रहे हैं, अगले साल तक जिहड़ी उह चालू हो जूगी। संधालिया साहब चंगी गल है, अपने चार बंदियां नूं रुजगार मिलेगा। दूसरा जे उत्थे कारां बन गईआं भारत दे अनुसार बन गईआं, कुछ लोग खरीदणगे, तेल दी खपत घटूगी, तो शायद कीमत थल्ले आ जाए। देखो बाट साहब, ये मैनूं काफ़ी देर पहला पता लग गया सी कि ईलॉन मस्क होरां दे नाल मुलाकात होएगी प्रधानमंत्री साहब की। इहदे च इह नहीं है कि भी प्रधानमंत्री साहब वल्लों मुलाकात करन दी कोशिश, ये मजबूरी कितना कितें ईलॉन मस्क होरां दी आ भाई साहब, उहनूं मुलाकात करनी पैणी। हुण जे आपां देखिए भारत किड्डी वड्डी मार्केट है, किड्डी वड्डी मंडी है जी, हुण उत्थे जे कारां वेचणियां ते भाई साहब वी इदां दे थोड़ा वी तुसीं परे चाइना 'च बनाई जाओ पार्ट, जां तुसीं अमरीका 'च बनाई जाओ, तुसीं आखो वी चोके मैं इत्थों सारा दा सारा जी उह इंडिया लै जूंगा। तुहानूं गडकरी साहब दी एक स्टेटमेंट याद होनी है जिहदे 'च जिक्र सीगा, उह कहिंदे कोई गल नहीं, टैसला वालिआं ने टैसला कारां बनाउणियां ने, इत्थे बना लैण। ते हुण ते सुख नाल तुहानूं इह वी पता होणा वी जे आपां दुनिया दे लैड जिहदे तों बैटरी बणदी है उहदे सब तों वड्डे भंडार ਦੇ ਵਿੱਚੋਂ ਇੱਕ ਭੰਡਾਰ ਜਿਹੜਾ ਉਹ ਭਾਰਤ ਦੇ ਵਿੱਚ ਮਿਲ ਗਿਆ। ਹੁਣ ਈਲਨ ਮਸਕ ਹੋਰਾਂ ਨੂੰ ਸਮਝ ਤੇ ਆਉਂਦਾ ਨਾ ਵੀ ਜਿਹੜੇ ਫਿਊਲ 'ਤੇ ਮੇਰੀ ਗੱਡੀ ਚੱਲਣੀ ਹੈ ਉਹ ਫਿਊਲ ਵੀ ਇੰਡੀਆ 'ਚ ਹੈਗਾ, ਲੇਬਰ ਸਸਤੀ, ਲੇਬਰ ਉੱਥੇ ਸਸਤੀ ਆ, ਅਤੇ ਜੇ ਮੈਂ ਉਹ ਬਣਾ ਕੇ ਵੇਚਣੀ ਆ ਤਾਂ ਉੱਥੇ ਖਰੀਦਦਾਰ ਵੀ ਵਾਧੂ ਭੇਜਣੇ ਨੇ, ਹੈ ਨਾ। ਇਸ ਕਰਕੇ ਈਲਨ ਮਸਕ ਸਾਹਿਬ ਨੂੰ ਹੁਣ ਭਾਰਤ ਬਹੁਤ ਚੰਗਾ ਲੱਗਣਾ, ਇਹਦੇ 'ਚ ਕੋਈ ਐਡੀ ਗੱਲ ਨਹੀਂ ਹੈਗੀ, ਇਹਨੂੰ ਆਪਾਂ ਇਹ ਕਹਿ ਦਈਏ ਵੀ ਅਗਲੇ ਦੀ ਲੋੜ ਆ ਵੀਰ ਮੇਰਿਆ। ਇਸ ਕਰਕੇ ਉਹਨੂੰ ਪਤਾ ਸੀ ਵੀ ਮੁਲਾਕਾਤ ਵੀ ਕਰਨੀ ਪੈਣੀ ਆ ਅਤੇ ਅਗਲਿਆਂ ਦੀਆਂ ਸ਼ਰਤਾਂ ਮੰਨਣੀਆਂ ਵੀ ਪੈਣੀਆਂ। ਪਰ ਮੈਂ ਨਾ ਵੀ ਚੰਗੀ ਗੱਲ ਹੈ, ਕਿਉਂਕਿ ਭਾਰਤ ਹੀ ਕਹਿੰਦਾ ਵੀ 2030 ਤੱਕ ਆਪਾਂ ਇਲੈਕਟ੍ਰਿਕ ਕਾਰਾਂ ਵਾਲੇ ਪਾਸੇ ਆਉਣਾ। ਅਤੇ ਜੇ ਆਪਾਂ ਤਕਨੀਕ ਦੇ ਹਿਸਾਬ ਨਾਲ ਵੇਖੀਏ ਤਾਂ ਟੈਸਲਾ ਇਸ ਵਕਤ ਬਿਲਕੁਲ ਲੀਡ ਦੇ ਵਿੱਚ ਆ ਇਲੈਕਟ੍ਰਿਕ ਕਾਰਾਂ 'ਚ। ਸੰਧਾਲੀ ਸਾਹਿਬ ਪੁਰਾਣੀ ਵੀ ਮਿਲ ਜਾਂਦੀ ਹੈ, ਕਿਉਂਕਿ ਆਮ ਬੰਦਾ ਜਿਹੜਾ ਤੁਹਾਨੂੰ ਤਾਂ ਪਤਾ, ਤੁਸੀਂ ਤਾਂ ਧਿਆਨ ਰੱਖਦੇ ਹੋ, ਅੱਛਾ ਹੁਣ ਆਹ ਮਾਡਲ ਆ ਗਿਆ ਅਗਲੇ ਸਾਲਾਂ ਨੇ ਬੁੱਕ ਕਰਵਾ ਦਿਓ, ਅਤੇ ਅਸੀਂ ਮੈਂ ਜੇ ਗੱਲ ਦੱਸੀ ਨਹੀਂ ਬੁੱਕ ਕਰਵਾ ਦਿਓ। ਅਮਨ ਭਾਈ ਦੀ ਇੱਕ ਕਾਰ ਆ ਟੈਸਲਾ, ਉਹਦੀ ਨਾ ਤੁਸੀਂ ਕਦੇ ਵੀਡੀਓ ਵੂਡੀਓ ਦੇਖਿਓ, ਆਮ ਤੌਰ 'ਤੇ ਬਾਰੀਆਂ ਐਂ ਖੁੱਲਦੀ ਬਾਹਰ ਨੂੰ, ਉਹਦੀ ਬਾਰੀ ਐਂ ਖੁੱਲਦੀ ਬੇਸਿਕਲੀ। ਇਹ ਬੰਦੇ ਨੂੰ ਕਈ ਵਾਰ ਆਖਿਆ ਵੀ ਯਾਰ ਤੂੰ ਅੱਗੇ ਬਹਿ ਜਾ, ਇੱਕ ਦਿਨ ਮੈਨੂੰ ਉਸ ਬਾਰੀ ਵਾਲੀ ਥਾਂ 'ਤੇ ਬਹਿ ਲੈਣ 'ਤੇ, ਪਰਨਾ ਕਦੀ ਬਹਿ ਦਿੱਤਾ। ਉਹਦਾ ਕਾਰਨ ਸੰਧਾਲੀਆ ਸਾਹਿਬ, ਮੈਨੂੰ ਜਿੰਨਾ ਡਰ ਉਸ ਕਾਰ ਦੇ ਵਿੱਚ ਬੈਠਣ ਲੱਗ ਜਾਓ, ਤੁਸੀਂ ਮੈਨੂੰ ਕਹਿੰਦੇ ਨੇ ਚੱਲ ਤੂੰ ਵੀ ਅੱਜ ਨਾਲ ਆ ਜਾ, ਮੇਰੀ ਗੱਲ ਸੁਣ ਲਓ, ਮੈਨੂੰ ਤਾਂ ਐਂ ਲੱਗਦਾ ਹੁੰਦਾ ਯਾਰ ਇੰਨਾ ਕੁਛ ਕੰਪਿਊਟਰਾਈਜ਼ਡ ਆ ਵੀ ਉਹ ਆਪੇ ਸਵਿੱਚ ਨਾ ਖੁੱਲਦੀ ਹੈ, ਸਵਿੱਚ ਹੀ ਖਰਾਬ ਹੋ ਜਾਏ, ਜੇ ਨਾ ਖੁੱਲੀ ਮੈਂ ਵਿੱਚ ਕਰੂੰਗਾ ਕੀ, ਮੇਰਾ ਤਾਂ ਸਾਹ ਘੁੱਟਦਾ ਰਹਿੰਦਾ ਉਹ 'ਚ। ਮੈਨੂੰ ਤਾਂ ਉਹੀ ਠੀਕ ਆ ਕਿ ਐਂ ਕਰਕੇ ਜਿਹੜਾ ਕਰਕੇ ਆਪਾਂ ਖੋਲ ਲਈਏ, ਬੰਦੇ ਦੇ ਕੰਟਰੋਲ ਦੇ ਵਿੱਚ ਤਾਂ ਹੋਵੇ ਕੁਛ। ਨਹੀਂ ਚਲੋ ਮੰਨ ਲੈਂਦੇ ਹੁਣ ਤੁਹਾਡੀ ਗੱਲ, ਪਰ ਮੈਂ ਤਾਂ ਸ਼ੌਂਕ ਦੀ ਗੱਲ ਕਰਦਾ ਵੀ ਟੀਵੀ 'ਤੇ ਬੰਦਾ ਕੁਝ ਮਰਜ਼ੀ ਆਖੀ ਜਾਵੇ, ਟੈਸਲਾ ਕਹਿੰਦੇ ਉਸ ਸੀਟ 'ਤੇ ਬਹਿਣਾ ਜਿਹੜੀ ਬਾਰੀ ਐ ਖੁੱਲਦੀ ਕਰਕੇ। ਸਾਰਿਆਂ ਨੂੰ ਪਤਾ ਮੇਰੇ ਕੋਲ ਕਿਹੜੀ ਟੈਸਲਾ ਆ, ਨਹੀਂ ਆਪਣੇ ਕੋਲ ਤਾਂ ਇਹ ਨਹੀਂ।